जदों मैं लाइव सी ठीक है ना बब्बू मान फैन स्टोर आईडी रात मैं थोनू क्या सी एक गल सारे भरावां नू भाई तैनू मिलांगे आके पुत जिवें मर्जी मिल गए मैं वादा कीता ई सारे भरावां नाल ए बंदे दी मैं आईडी कढ़ा के सारा कुछ मेरे भरावां ने मदद कीती सारयां ने नाल इहदे फैमिली भी आ इहनू असीं मिले ए हुण गलती मनदा सारा कुछ करदा चलो इहदियां गलतियां भी असीं यार वैसे ही इहनू माफ करता पर मैं इहनू हत्थ तक नहीं लाया तो पुछ भाई तैनू लाया हथ किसी ने इन्ने बंदे आया किसी ने कहा तेन तेरे ना कुट मार हुई मन दे गल ते पर मेरा भरा हुण सारे जने भाई चेक कर लो ठीक है ना इहनू ना आपां हथ लाया ना आपां इहनू बोलिया कुछ माड़ा नहीं बोले इहदे परिवार भी खड़ा नाल भैणां भी खड़ियां असीं उहदी इज्जत कीती इहने साडियां भैणां नूं भैणां नहीं समझिया इहने साडियां मावां नूं मावां नहीं समझिया इहने बहुत गंद बकिया तुसीं सारे भरावां ने वेख्या पर साडे च एडा हाजमा हैगा असीं इहनू माफ करता ठीक है ना ते पर इहनू मैं इह गल पुछना चाहुणा बई आह जिहड़ियां ना जिहड़ा जिहड़े बंदे दी खातर तुसीं इह सब कुछ करदे आ उहनू सद्दो हुण इत्थे सद्दो ਜਿਹੜੇ ਇਹ ਲਾਈਵ ਹੋ ਕੇ ਇੱਧਰ ਆ ਜਾ ਬਾਈ ਲਾਈਵ ਹੋ ਕੇ ਥਾਪੀਆਂ ਮਾਰੀਆਂ ਇਹਨਾਂ ਨੇ ਆ ਇਧਰੋਂ ਕੈਮਰਾ ਘੁਮਾਇਦਾ ਇਧਰੋਂ ਆ ਗੱਲ ਫੜਾ ਦੇ ਇੱਧਰ ਆ ਜਾ ਬਾਈ ਮੈਂ ਆ ਗਿਆ ਫਿਰੋਜ਼ਪੁਰ ਵਾਲੀ ਤੂੰ ਵੀ ਆ ਜਾ ਤੇਰੇ ਵੀ ਚਪੇੜਾ ਪੈਣੀਆਂ ਹੁਣ ਵੀਰੇ ਓਏ ਬੋਲ ਕੇ ਗੱਲ ਆ ਫੜਾ ਦੇ ਫੋਨ ਬਾਈ ਉੱਧਰ ਗੁਰੀ ਆ ਸ਼ਾਬੜੇ ਨੂੰ ਫੜਾ ਦੇ ਆਜੋ ਕਿਸੇ ਨੂੰ ਨਹੀਂ ਬੋਲਣਾ ਆਪਾਂ ਇਹਦੀ ਗੱਲ ਕਰਨੀ ਆ ਉਹਨਾਂ ਦੀ ਵੀ ਕਰ ਲਾਂਗੇ ਗੁਰੀ ਵਾਲੀ 828 ਵੀ ਚੱਕ ਲੈਣਾ ਆਪਾਂ ਹੁਣ ਇਹਦੀ ਵਾਰੀ ਆ ਮੇਰੇ ਭਰਾ ਨਾ ਤਿਆਰੀ ਰੱਖ ਪੁੱਤ खाचा गुरी लौंडा मैं कर दा गल लाइव हो गल लाइव तो बाद चंगा बिरे लाइव की गल दस दे यही आ जिहड़ी आईडी तो फैन स्टोर आली तो लाइव होया सी ਇਹ ਬੰਦਿਆਂ ਦੀ ਮਾਨਸਿਕਤਾ ਇੰਨੀ ਗਿਰ ਚੁੱਕੀ ਆ ਨਾ ਇਹਨਾਂ ਸਾਰਿਆਂ ਦੀ ਇਹ ਫੇਕ ਆਈਡੀਆਂ ਬਣਾਈ ਬੈਠੇ ਆ ਫੇਕ ਨੰਬਰਾਂ ਤੋਂ ਕੋਲਾਂ ਕਰੀ ਜਾਂਦੇ ਆ ਇਹ ਇਹੋ ਜਿਹਾ ਕੁਝ ਕਰਦੇ ਆ ਬਾਈ ਕਿ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਕਰਨਾ ਦੀ ਸਿੰਘਾਂ ਨਹੀਂ ਪਾਈ ਇਹ ਗਾਂ ਕੱਢਣ ਲੱਗ ਜਾਂਦੇ ਆ ਸਿੱਧੂ ਦੀ ਪਾਈ ਸਿੱਧੂ ਕਿਸੇ ਮਾਂ ਦਾ ਪੁੱਤ ਚਲਿਆ ਗਿਆ ਹਨਾ ਬਾਈ ਇਹ ਕਹਿ ਦਿੰਦੇ ਉਹਦੇ ਗੋਲੀਆਂ ਵੱਜ ਗਈਆਂ ਬਾਈ ਉਹਦੇ ਤਾਂ ਵੱਜ ਗਈਆਂ ਉਹਦੇ ਮਾਂ ਪਿਓ ਨੂੰ ਗਾਲਾਂ ਕਿਉਂ ਕੱਢਦੇ ਆ ਉਹਨੇ ਬੰਦੇ ਨੇ ਪਹਿਚਾਣ ਹੀ ਬਣਾਈ ਆ ਬੱਬੂ ਮਾਰ ਤਾਈ ਦੀ ਇਹ ਗੱਲ ਪਹੁੰਚਦੀ ਆ ਯਾਰ ਉਹ ਸਾਡੇ ਨਾਲ ਜੇ ਉਹ ਕਨੈਕਟ ਕਰ ਸਕਦਾ ਕਰੇ ਬਈ ਆਪਦੀਆਂ ਇਹ ਖੱਚਾਂ ਨੂੰ ਸਾਂਭ ਬਈ ਬਈ ਜਿਹੜੀਆਂ ਤੇਰੀਆਂ ਆਹ ਛੱਡੀਆਂ ਹੋਗਾ ਨਾ ਇਹਨਾਂ ਨੂੰ ਸਾਂਭ ਲੈ ਕੋਈ ਗੋਲੀ ਠੰਡੀ ਨਾ ਕਰ ਜੇ ਇਹਨਾਂ ਚ ਆ ਕੇ ਮੈਂ ਤੈਨੂੰ ਦੱਸਦਾ ਇੱਕ ਦਿਨ ਅੱਕਿਆ ਹੋਇਆ ਬੋਲੂ ਕਿਉਂਕਿ ਪਹਿਲੀ ਗੱਲ ਕੀ ਆ ਸਾਡੇ ਵਾਲੇ ਕੰਮ ਦੇ ਵਿੱਚ ਕਲਾਕਾਰੀ ਵਾਲੇ ਕੰਮ ਦੇ ਵਿੱਚ ਬੰਦਾ ਬੋਲਦਾ ਨਹੀਂ ਵੀ ਮੈਂ ਲੈਣਾ ਕੀ ਆ ਬੋਲਣਾ ਸੀ ਇਹਨੂੰ ਵੀ ਨਹੀਂ ਸੀ ਇਹ ਦੋ ਵਾਰੀ ਲਾਈਵ ਹੋਇਆ ਪਰ ਇਹ ਬੰਦੇ ਨੇ ਸਾਡਾ ਖਿਹੜਾ ਨਹੀਂ ਛੱਡਿਆ ਇਹ ਲਾਈਵ इन्हें मेनू भी पर्सनल तौर ते मैसेज कर करके बोलिया ठीक है सब नू बोलिया ए टू जेड मेरे भरा नू जिदे नाम ते असी कंपनी आ इन्हां नू भी नहीं छड्डिया रात असी लाइव होए ओदे थल्ले सारे भरावां ने वेख्या ने की कुछ गंद पकिया ते मैं एक गल कही सी बई मैं इहनू लभूंगा ही लभूंगा यार इहनू मैं उदों भी कहा सी पुत तैनू मिलूंगा जिवें मर्जी मिला मैनू भुला दी मैनू धौण लवा दिओ जे ना मिलिया मैं रात गल कही सी इह गल ते पर मैं इहनू मिलिया आके ਇਹਨੂੰ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਇਹ ਕਹਿੰਦਾ ਹੀ ਹੈਕ ਚ ਵੱਜ ਆ ਮੈਂ ਹੈਕ ਚ ਵੱਜ ਨਾ ਗਿਆ ਦੇ ਇਹਨੂੰ ਜਦੋਂ ਹੈਕ ਵਾਲੀਆਂ ਗੱਲਾਂ ਕਹੀਆਂ ਸਾਰਾ ਕੁਛ ਕਿਹਾ ਇਹਨੇ ਬਈ ਤੜਕੇ ਇਹ ਬਈ ਤੜਕੇ ਲੱਗ ਗਿਆ ਕਰਨ ਕਿ ਵੀ ਮੈਂ ਬਈ ਗਲਤੀ ਮੰਨਦਾ ਐ ਕਰਦਾ ਦੇਖ ਗਲਤੀ ਮਨਾਉਣਾ ਨਾ ਤਾਂ ਅਸੀਂ ਵੱਡੇ ਹੋਣ ਲੱਗੇ ਆ ਠੀਕ ਆ ਨਾ ਅਸੀਂ ਇਹ ਤੋਂ ਗਲਤੀ ਮਨਾਉਣਾ ਚਾਹੁੰਦੇ ਇਹਨਾਂ ਨੂੰ ਇਹੀ ਦੱਸਦੇ ਆ ਵੀ ਜਿਹੜੀ ਤੁਸੀਂ ਸ਼ਬਦਾਵਲੀ ਵਰਤੀ ਆ ਤੁਹਾਡੇ ਵੀ ਘਰੇ ਘਰ ਵਾਲੀਆਂ ਮਾਵਾਂ ਵਾ ਭੈਣਾਂ ਵਾ ਬਈ ਗਾਲਾਂ ਕਿਹੜਾ ਸਾਨੂੰ ਕੱਢਣੀਆਂ ਨਹੀਂ ਆਉਂਦੀਆਂ ਸੀ ਕਿਹੜਾ ਪੰਜਾਬ ਤੋਂ ਬਾਹਰ ਆਏ ਆ ਗਾਲਾਂ ਸਾਨੂੰ ਵੀ ਆਉਂਦੀਆਂ ਬਈ ਸਾਨੂੰ ਗਾਲਾਂ ਵੀ ਕੱਢਣੀਆਂ ਆਉਂਦੀਆਂ ਮਾਲਵਾ ਇਹ ਮੈਂ ਕਹਿੰਦਾ ਸਾਰੇ ਬੰਦਿਆਂ ਦਾ ਤੇ ਜਿਹੋ ਜਿਹੀਆਂ ਗਾਲਾਂ ਸਾਨੂੰ ਕੱਢਣੀਆਂ ਆਉਂਦੀਆਂ ਉਹ ਆਉਂਦੀਆਂ ਵੀ ਨਹੀਂ ਹੋਣੀਆਂ ਕਿਸੇ ਨੂੰ ਤੇ ਲੜਨਾ ਵੀ ਅਸੀਂ ਚੰਗੀ ਤਰ੍ਹਾਂ ਹੀ ਜਾਣਦੇ ਆ ਵੀ ਕਿਵੇਂ ਲੜੀਦਾ ਹੁਣ ਤੂੰ ਦੱਸ ਵੀ ਜਿਹੜਾ ਕੁਝ ਬੋਲਿਆ ਸੀ ਸਾਰਾ ਕੁਝ ਮੰਨ ਬੱਬੂ ਫੈਨ ਸਟੋਰ ਆਈਡੀ ਕੀ ਤੇਰੀ ਆ ਬੋਰਡ ਉੱਥੇ ਉਹ ਬੁਲਾਰਾ ਬਹੁਤ ਚੰਗਾ ਅੱਗੇ ਜੋ ਬਕਵਾਸ ਚੰਗੀ ਕਰਦਾ ਤਾਂ ਉਹਦਾ ਸਪਸ਼ਟ ਹੋ ਜਾਊਗਾ ਉੱਚੀ ਬੋਲੀ ਅਗਿੱਲ ਸਪਾਈ ਸਾਰੇ ਮੇਰੇ ਭਰਾ ਨੇ ਜਿੰਨੇ ਵੀ ਹੈਗੇ ਆ ਉਹਨਾਂ ਨਾਲ ਦੋ ਕੁ ਦਿਨ ਪਹਿਲਾਂ ਲਾਈਵ ਹੋਏ ਸੀਗੇ ਤੇ ਲਾਈਵ ਦੇ ਵਿੱਚ ਮੇਰੇ ਤੋਂ ਕੁਝ ਭੱਦੀ ਸ਼ਬਦ ਬੋਲੇ ਗਏ ਆ
ਮੈਨੂੰ ਗਾਲ ਕੱਢੀ ਕੱਢੀ ਆ ਨਾ ਉਹ ਤਾਂ ਕੀਤੀ ਆ ਤੂੰ ਗਾਲ ਕੱਢੀ ਆ ਨਾ ਠੀਕ ਆ ਤੈਨੂੰ ਅਸੀਂ ਹੁਣ ਤੂੰ ਇਹ ਦੱਸ ਇੱਥੇ ਆਇਆ ਤੈਨੂੰ ਕੁੱਟਿਆ ਮਾਰਿਆ ਮੈਨੂੰ ਗਾਲ ਵੀ ਕੱਢੀ ਇੱਕ ਬੰਦੇ ਨੇ ਪ੍ਰੈਸ਼ਰ ਤਾਂ ਨਹੀਂ ਪਾਇਆ ਤੈਨੂੰ ਇਹੀ ਇਹੀ ਪੁੱਛਿਆ ਨਾ ਵੀ ਤੂੰ ਕਿਹਾ ਸੀ ਆ ਜਾਓ ਅਸੀਂ ਆ ਗਈ ਇੱਕ ਗੱਲ ਮੈਨੂੰ ਹੋਰ ਦੱਸ ਜਿਹੜੇ ਬੰਦੇ ਨੂੰ ਤੂੰ ਲਾਈਵ ਲਿਆ ਸੀ ਉਹ ਨੱਤੀਆਂ ਪਾਈਆਂ ਸੀ ਕੰਨ ਚ ਉਹ ਕੌਣ ਇੱਕ ਹੋਰ ਲਿਆ ਸੀ ਦੱਸ ਬਈ ਇਹ ਬਈ ਇਹ ਕੱਲਾ ਇਹ ਨੀ ਕੱਲਾ ਇਹ ਰਾਜਾ ਬਈ ਇਹਨਾਂ ਦੀ ਆਈ ਟੀ ਸੈੱਲ ਪੂਰਾ ਤਗੜਾ ਬਣਿਆ ਹੋਇਆ ਅਸੀਂ ਤਾਂ ਇਹਦੇ ਤੱਕ ਪਹੁੰਚ ਗਏ ਆ ਇਹ ਕੀ ਕਰਦਾ ਇੱਕ ਕਿਸੇ ਦੀ ਕੁੜੀ ਨੂੰ ਕਿਸੇ ਦੀ ਭੈਣ ਨੂੰ ਪਹਿਲਾਂ ਰੁਪਿੰਦਰ ਹਾਂਡਾ ਇਹਨਾਂ ਨੇ ਤੰਗ ਕੀਤੀ ਆਹੀ ਖੱਚਾਂ ਸੀਗੀਆਂ ਉਦੋਂ ਠੀਕ ਆ ਰੁਪਿੰਦਰ ਹਾਂਡਾ ਨੂੰ ਦੇ ਗਾਲ ਤੇ ਗਾਲ ਦੇ ਕੀ ਕਹੋ ਕੀਤਾ ਫਿਰ ਸਿੱਧੂ ਦਾ ਇਹਨਾਂ ਨੇ ਜੀਣਾ ਦੁੱਬਰ ਕੀਤਾ ਆਹ ਖੱਚਾਂ ਨੇ ਠੀਕ ਆ ਯਾਰ ਇਹਨਾਂ ਨੂੰ ਪਤਾ ਹੀ ਆ ਸਾਰਾ ਕੁਝ ਦਿਖਾਇਆ ਹੋਇਆ ਆਪਣਾ ਯਾਰ ਠੀਕ ਆ ਹੁਣ ਹੁਣ ਆਹ ਖੜਾ ਇਹ ਕਹਿੰਦਾ ਸੀ ਵਿੱਚ ਵੱਜੋ ਇਹਦੇ ਵਿੱਚ ਹੀ ਵੱਜਣ ਆਇਆ ਤਾਂ ਤੇਰੇ ਵਿੱਚ ਹੁਣ ਕਿਵੇਂ ਵੱਜੀ ਦੱਸ ਬਈ ਦੱਸ ਤੇਰੇ ਵਿੱਚ ਕਿਵੇਂ ਵੱਜੀ ਤੂੰ ਕਹਿੰਦਾ ਸੀ ਮੇਰੇ ਵਿੱਚ ਵੱਜੋ ਕਿਵੇਂ ਵੱਜੀ ਦੱਸ ਇੰਨੀ ਕੀ ਛਾਤੀ ਤੇਰੀ ਉਧਰ ਦੱਸ ਇਧਰ ਇਧਰ ਲਾਈਵ ਚ ਉੱਚੀ ਬੋਲ ਮੈਂ ਸਾਰੇ ਭਾਈ ਉਹਨਾਂ ਤੋਂ ਮਾਫੀ ਮੰਗ ਲਈ ਜਿਨ੍ਹਾਂ ਜਿਨ੍ਹਾਂ ਨੂੰ ਮੈਂ ਮਾੜਾ ਬੋਲਿਆ ਸੀਗਾ ਸੋ ਮੈਨੂੰ ਜਿੰਨਾ ਤੋਂ ਅੱਗੇ ਵੀ ਤੂੰ ਹੋਰਾਂ ਨੂੰ ਤੁਸੀਂ ਗਾਲਾਂ ਕੱਢਦੇ ਉਹਨਾਂ ਤੋਂ ਮੰਗ ਉਹਨਾਂ ਤੋਂ ਵੀ ਮੰਗ ਬੱਬੂ ਮਾਰ ਬੱਬੂ ਮਾਰ ਪਿੱਛੇ ਜਿੰਨਾ ਤੂੰ ਸਿੱਧੂ ਆ ਬਾਈ ਮੈਨੂੰ ਇੱਕ ਹੋਰ ਦੱਸਿਆ ਸਿੱਧੂ ਵੇਲੇ ਬਾਈ ਕੀ ਹੋਇਆ ਨੀ ਕੀ ਕੀਤਾ ਜੀ ਕੁਛ ਨੀ ਯਾਰ ਮਾਵਾਂ ਨੂੰ ਹਨਾ ਮਾਂ ਨੂੰ ਕੱਢਤੀ ਗਾਲ ਬਾਪੂ ਨੂੰ ਬੋਲੀ ਗਏ ਯਾਰ ਉਹਦੀ ਮਾਂ ਉਹਦੇ ਬਾਈ ਆਪਾਂ ਨੂੰ ਸਾਰਿਆਂ ਨੂੰ ਪਤਾ ਸਿੱਧੂ ਦੇ ਮਾਂ ਪਿਓ ਵਿਚਾਰੇ ਇਹਨੂੰ ਰੋਕੀ ਰੱਖਦਾ ਸੀਗਾ ਜਿਹੜੀਆਂ ਇਹਨਾਂ ਦੀਆਂ ਭੇਡਾਂ ਗਾਂ ਫੇਕ ਆਈਡੀਆਂ ਤੋਂ ਜਾਂ ਬਾਹਰ ਦੀਆਂ ਉਹ ਬਹੁਤ ਬੋਲਦੀਆਂ ਸੀ ਇਹਨੇ ਵੀ ਬੋਲ ਦੇਣੇ ਕਿਵੇਂ ਨਾ ਇੱਕ ਮਿੰਟ ਵੀਰੇ ਦੇਖ ਲੋ ਸਿੱਧੂ ਦੇ ਮਾਂ ਪਿਓ ਹੋਣਾ ਵਿਚਾਰੇ ਲਾਚਾਰ ਹੋ ਗਏ ਬਈ ਇਹ ਹੁਣ ਵੀ ਨਹੀਂ ਗਾਲਾਂ ਕੱਢਣ ਹਟਦੇ ਯਾਰ ਕਿਸੇ ਦਾ ਪੁੱਤ ਚਲਾਗਾ ਹਟ ਲੈ ਗੱਲ ਦੱਸਦਾ ਜਿੰਨੇ ਦੇਖੀ ਜਾਂਦੇ ਲਾਈਵ ਵੀ ਦੇਖੀ ਜਾਂਦੇ ਉਹਨੂੰ ਵੀ ਦੱਸਦਾ ਆ ਜਿੰਨਾ ਕੁਛ ਇਹ ਇੰਡਸਟਰੀ ਦੇ ਵਿੱਚ ਨੁਕਸਾਨ ਹੋ ਰਿਹਾ ਉਹ ਇਹਨਾਂ ਵਰਗੇ ਬੇਵਕੂਫਾਂ ਜੇ ਸਿੱਧੂ ਮੂਸੇ ਵਾਲਾ ਮਰਿਆ ਇਹਨਾਂ ਵਰਗੇ ਬੇਵਕੂਫ ਬੰਦਿਆਂ ਕਰਕੇ ਮਰਿਆ ਜੇ ਅੱਜ ਬੱਬੂ ਮਾਨ ਦਾ ਜਾਂ ਗਿੱਲ ਦਾ ਇਹਨਾਂ ਦਾ ਕਿਸੇ ਗੱਲ ਦੀ ਟਸਰ ਵਧੀਆ ਤਾਂ ਇਹੋ ਜਿਹੇ ਬੇਵਕੂਫ ਬੰਦੇ ਕਰਕੇ ਵਧੀਆ ਇਹਨਾਂ ਦੀ ਕੋਈ ਆਪਸੀ ਰਾਂਝਿਸ਼ ਨੀ ਕੋਈ ਆਪਸੀ ਦੁਸ਼ਮਣੀ ਨਾ ਸਿੱਧੂ ਦੀ ਸੀ ਕਿਸੇ ਨਾਲ ਨਾ ਕਿਸੇ ਹੋਰ ਦੀ ਸੀ ਆ ਜਿਹੜੇ ਚੱਕਣ ਵਾਲੇ ਆ ਨਾ ਪੰਪ ਭਰਨ ਵਾਲੇ ਇਹ ਸਾਲੇ ਚੱਕ ਦੇ ਬਾਈ ਧਰ ਲਾ ਬਾਈ ਇਹੋ ਜਿਹੇ ਸਾਲੇ ਜ਼ਿੰਦਗੀਆਂ ਖਰਾਬ ਕਰਦੇ ਆ ਇਹਨਾਂ ਤੋਂ ਬਾਅਦ ਸਾਡਾ ਬਾਈ ਬੱਬੂ ਮਾਨ ਬਾਈ ਅਸੀਂ ਇੱਜ਼ਤ ਕਰਦੇ ਆ ਰਿੱਕ ਦੀ ਪਰ ਸਾਨੂੰ ਰੋਟੀ ਤਾਂ ਨੀ ਨਾ ਕੋਈ ਘਰੇ ਆ ਕੇ ਦਿੰਦਾ ਆਪਦੀ ਕਰਨੀ ਆਪਦੀ ਖਾਣੀ ਜਦੋਂ ਕਮਾਈ ਜਦੋਂ ਕਮਾਈ ਤੂੰ ਆਪ ਕਰਨੀ ਇਹ ਬਾਈ ਜੀ ਇਹ ਬਾਈ ਦੇ ਇੱਥੇ ਮੁੰਡਾ ਇਹ ਦੁਕਾਨ ਤੇ ਕੰਮ ਕਰਦਾ ਚਲੋ ਕੰਮ ਛੋਟਾ ਵੱਡਾ ਆਪਾਂ ਕਿਸੇ ਦੇ ਕੰਮ ਬਾਰੇ ਕਿੰਤੂ ਪ੍ਰੰਤੂ ਨੀ ਕਰਦੇ ਇਹ ਆਪਦੀ ਕਿਰਤ ਕਰਦਾ ਮਿਹਨਤ ਕਰਦਾ ਠੀਕ ਹੈ ਨਾ ਇਹ ਕੰਮ ਕਰਦਾ ਮੋਬਾਈਲ ਦੀ ਦੁਕਾਨ ਤੇ ਇੱਥੇ ਤੇ ਇਹਨੂੰ ਕੀ ਲੋੜ ਪਈ ਸੀ ਹੁਣ ਮੰਨ ਕੇ ਚੱਲੋ ਜੇ ਅਸੀਂ ਮੈਂ ਇਹਦਾ ਕੁਛ ਵੀ ਜੇ ਸੱਟਾ ਫੇਟਾ ਮਾਰ ਦਿੰਦੇ ਫੇਰ ਵੀ ਇਲਾਜ ਇਹਨੇ ਕੋਲੇ ਕਰਾਉਣਾ ਸੀ ਤੇ ਜਿਹੜਾ ਬੱਬੂ ਮਾਨ ਨੇ ਕਰਾਉਣਾ ਸੀ ਜਿਹਨੂੰ ਮੈਂ ਕਾਨੂੰਨੀ ਤਰੀਕੇ ਨਾਲ ਕੋਰਟ ਕਿਤੇ ਕਚਹਿਰੀ ਚ ਘੜੀਸ ਲੈਂਦਾ ਤੇ ਤਰੀਕ ਤੇ ਇਹਨੇ ਆਉਣਾ ਸੀ ਬੱਬੂ ਮਾਨ ਨੇ ਥੋੜੀ ਆਉਣਾ ਸੀ ਠੀਕ ਹੈ ਨਾ ਜਿਹੜਾ ਜਿਹੜਾ ਕੁਛ ਇਹ ਬੋਲੇ ਆ ਮੈਨੂੰ ਆ ਜਾ ਇੱਥੇ ਆਏ ਕਰ ਦਾਂਗੇ ਜਿਉਂ ਕਰ ਦਾਂਗੇ ਜੇ ਮੈਂ ਧਮਕੀਆਂ ਪਰਚੇ ਹੀ ਇੱਥੇ ਦਰਜ ਕਰਾਉਣ ਦਾ ਤੇ ਮੋਗੇ ਆਉਂਦੇ ਤਾਂ ਇਹ ਹੁਣ ਮੰਨ ਕੇ ਚੱਲੋ ਜੇ 400-500 ਰੁਪਇਆ ਦਿਨ ਦਾ ਕਮਾਉਂਦਾ ਤੇ ਕਿਵੇਂ ਆਇਆ ਕਰਦਾ ਤਰੀਕ ਤੇ ਇਹਨੂੰ ਤੂੰ ਆਪ ਦੱਸ ਭਰਾ ਬਈ ਤੇਰੇ ਘਰੇ ਤੂੰ ਆਪਦਾ ਪਰਿਵਾਰ ਪਾਲਣਾ ਕੇ ਗੁੰਡਾਗਰਦੀ ਕਰਨੀ ਆ ਬਈ ਆਪਾਂ ਨਤੀਜਾ ਕਰ ਲਗੇ ਇੱਕ ਇੱਥੇ ਫਿਰ ਆਪਾਂ ਉਹ ਰਸਤੇ ਨਾਲ ਜਿਹੜੇ ਰਸਤੇ ਨੂੰ ਤੂੰ ਕਹਿੰਦਾ ਆਪਾਂ ਕੰਮ ਆਪਾਂ ਕਰ ਰਹੇ ਆ ਪਰਿਵਾਰ ਪਾਲਣ ਲਈ ਤੇ ਲੜਾਈ ਤੂੰ ਕਰ ਰਿਹਾ ਕਿਸੇ ਦੀ ਬੱਬੂ ਮਾਨ ਦੇ ਫੈਨ ਦਾ ਕਰਕੇ ਭਾਜੀ ਨੂੰ ਬੋਲਿਆ ਜੇ ਭਾਜੀ ਦਾ ਫੈਨ ਇਹਦੇ ਸੱਟਾ ਮਾਰ ਦੇਵੇ ਕੁਛ ਕਰ ਦੇਵੇ ਕਿੰਨੇ ਜੋਗਾ ਰਹਿ ਜੂਗਾ ਕੀ ਕਰੂੰਗਾ ਤੂੰ ਭਰਾ ਮੇਰੇ ਏਜ ਕਰਕੇ ਉਹ ਬਾਈ ਤੂੰ ਆਪ ਬੋਲ ਇੱਥੇ ਕਮੈਂਟ ਆ ਜਾਂਦੇ ਆ ਬਈ ਤੇਰੇ ਤੇ ਕੋਈ ਪ੍ਰੈਸ਼ਰ ਪਾਇਆ ਤੇਰੇ ਕੋਈ ਕੱਪੜੇ ਨੂੰ ਬਾਹਰ ਕਿਤੇ ਕਿਤੇ ਦੱਸਿਆ ਤੇ ਕੋਈ ਪ੍ਰੈਸ਼ਰ ਆ ਮੈਂ ਸਾਰੇ ਦੱਸ ਦਿੰਦਾ ਤੂੰ ਹੀ ਦੱਸ ਦੇ ਉੱਚੀ ਬੋਲ ਜੀ ਬਹੁਤ ਥੋੜਾ ਨਾ ਇਹਨੂੰ ਆਪ ਹੀ ਦੱਸ ਲੈ ਇਹਦੀ ਇਹਦੀ ਚੱਲਣ ਦੇ ਲਾਈ ਹਾਂ ਬੋਲ ਇਸ ਲਾਈ ਬੋਲ ਲਾਈ ਵੀ ਭਰਾ ਖੜੇ ਨੇ ਜਿੰਨੇ ਵੀ ਕੋਈ ਮੇਰੇ ਤੇ ਪ੍ਰੈਸ਼ਰ ਨਹੀਂ ਪਾਇਆ ਗਿਆ ਕਿਸੇ ਨੇ ਮੈਨੂੰ ਮਾੜਾ ਚੰਗਾ ਨਹੀਂ ਬੋਲਿਆ ਕਿਸੇ ਨੇ ਮੈਨੂੰ ਮਾਰ ਕੁੱਟ ਨਹੀਂ ਕੀਤੀ ਨੋਰਮਲ ਖੜਾ ਸਾਰਿਆਂ ਦੇ ਸਾਹਮਣੇ ਵੀਰੇ ਉਹਨਾਂ ਨੇ ਬੁਲਾਇਆ ਆਪਾਂ ਆ ਗਏ
ਠੀਕ ਹੈ ਜੀ ਕੋਈ ਏਦਾਂ ਦੀ ਹੱਥ ਤੱਕ ਟੱਚ ਵੀ ਨਹੀਂ ਕੀਤਾ ਕੋਈ ਮਾੜਾ ਚੰਗਾ ਬੋਲੇ ਵੀ ਨਹੀਂ ਅੱਜ ਮੈਨੂੰ ਹੁਣ ਤੱਕ ਵੀ ਨਹੀਂ ਬੋਲੇ ਸੋ ਜੋ ਮੇਰੇ ਕੋਲ ਗਲਤ ਬੋਲਿਆ ਗਿਆ ਸੀ ਉਸ ਚੀਜ਼ ਬਾਰੇ ਮੈਂ ਇਹਨਾਂ ਕੋਲ ਮਾਫੀ ਮੰਗ ਲਈ ਆ ਤੇ ਦੂਜੇ ਬੰਦਿਆਂ ਨੂੰ ਵੀ ਕਹਿ ਦੇ ਜਿਹੜੇ ਹੋਰ ਵੀ ਕਰਦੇ ਆ ਥੋੜੇ ਇੱਕ ਮਿੰਟ ਇੱਕ ਗੱਲ ਹੋਰ ਕਹਿ ਦੇ ਅੱਜ ਤੋਂ ਬਾਅਦ ਮੈਂ ਇਹੋ ਜਿਹਾ ਕੋਈ ਲੱਛਣ ਇਹੋ ਜਿਹਾ ਕੋਈ ਵਾਲੀ ਯੂਜ਼ ਨਹੀਂ ਕਰੂੰਗਾ ਜੇ ਮੈਂ ਕਰੂੰਗਾ ਤੇ ਮੈਂ ਆਪ ਜ਼ਿੰਮੇਵਾਰ ਮੈਂ ਖੁਦ ਆਉਂਗਾ ਬੋਲ ਬੋਲ ਅੱਜ ਤੋਂ ਬਾਅਦ ਜਿੱਦਾਂ ਮੈਂ ਕੋਈ ਭੱਦੀ ਸ਼ਬਦ ਬੋਲਦਾ ਉਸ ਚੀਜ਼ ਦਾ ਅੱਜ ਤੋਂ ਬਾਅਦ ਮੈਂ ਮਾਰੂੰਗਾ ਮੈਂ ਕਿਸੇ ਨੂੰ ਵੀ ਮਾੜਾ ਚੰਗਾ ਭੱਦੀ ਸ਼ਬਦ ਨਹੀਂ ਬੋਲਦਾ ਲੱਭਿਆ ਜਾ ਸਕਦਾ ਉਹ ਵੀ ਲੱਭੇ ਜਾ ਇਹਦਾ ਤਾਂ ਮੈਂ ਤੁਹਾਨੂੰ ਦੱਸਦਾ ਬਾਈ ਇਹਦਾ ਤਾਂ ਬਚਾਅ ਤਾਂ ਰਹਿ ਗਿਆ ਇਹਦੇ ਸਾਹਮਣੇ ਜਿਹੜੇ ਬੰਦੇ ਸੀ ਜਾਂ ਇਹਦੇ ਘਰ ਦੇ ਪਰਿਵਾਰ ਵਾਲੇ ਵੀ ਆ ਉਹ ਸਾਡੇ ਕਹਿਣ ਦਾ ਮਤਲਬ ਨੇੜੇ ਦੇ ਤੇ ਨੂਨ ਨਿਕਲੇ ਇਹਨੂੰ ਅਸੀਂ ਨਾ ਹੱਥ ਲਾਇਆ ਤੇ ਜੇ ਅਸੀਂ ਮਾਂ ਭੈਣ ਦੀਆਂ ਗਾਲਾਂ ਸਾਨੂੰ ਕੱਢੋਗੇ ਤੇ ਬਾਈ ਲੱਤਾਂ ਵੀ ਸਾਨੂੰ ਚੰਗੀ ਤਰ੍ਹਾਂ ਹੀ ਤੋੜਨੇ ਆਉਂਦਾ ਕਲਾਕਾਰੀ ਜਿਹੜੀ ਗੱਲ ਅਸੀਂ ਕਲਾਕਾਰੀ ਤੋਂ ਪਹਿਲਾਂ ਬਹੁਤ ਕੁਛ ਕੀਤਾ ਆਪਦਾ ਸੋਚ ਸਮਝ ਕੇ ਗਾਲਾਂ ਕੱਢਿਓ ਮੈਨੂੰ ਹਾਂ ਇਹ ਵੀ ਦੱਸਣਾ ਕਿ ਮੈਨੂੰ ਸਾਰੇ ਨਾ ਬੋਲੋ ਇੱਕ ਇੱਕ ਕਰਕੇ ਬੋਲੋ ਭਾਜੀ ਹੋਣੀ ਕਹਿੰਦੇ ਆ ਬੋਲ ਦਿੰਦਾ ਬਾਈ ਜਿਹੜਾ ਕੰਮ ਮੈਂ ਕਿਹਾ ਸੀ ਉਹਦੇ ਤੋਂ ਤਾਂ ਤੂੰ ਚੱਲਿਆ ਨੀ ਮੈਂ ਤਾਂ ਤੈਨੂੰ ਤੂੰ ਆਪਦੀ ਨਿੱਜੀ ਦੱਸ ਦੇ ਆਪਦੇ ਦਿਲੋਂ ਬਈ ਤੈਨੂੰ ਫੀਲ ਹੋਇਆ ਜਾਂ ਨਹੀਂ ਹੋਇਆ ਤੇਰੇ ਨਹੀਂ ਹੋਇਆ ਤਾਂ ਵੀ ਦੱਸ ਦੇ ਪ੍ਰੈਸ਼ਰ ਸਾਡਾ ਪ੍ਰੈਸ਼ਰ ਕੋਈ ਨੀਗਾ ਮੈਨੂੰ ਕਿਸੇ ਨੇ ਵੀ ਵੀਰੇ ਨੇ ਪ੍ਰੈਸ਼ਰ ਨੀ ਪਾਇਆ ਇਹਨਾਂ ਵਿੱਚੋਂ ਮਾਫੀ ਮੈਂ ਆਪਣੇ ਆਪ ਮੰਗੀ ਤੂੰ ਆਪ ਅੱਜ ਮੈਂ ਸੁਬਾਹ ਕਾਲ ਕਰਕੇ ਕਿਹਾ ਸੀ ਨਾ ਬਾਈ ਮੈਂ ਲਾਈਵ ਹੋ ਕੇ ਗਲਤੀ ਮੈਨੂੰ ਜਦੋਂ ਲਾਈਵ ਹੋ ਕੇ ਗਾਲਾਂ ਕੱਢੀਆਂ ਤੂੰ ਆਹੀ ਕਿਹਾ ਨਾ ਵੀ ਬਾਈ ਆਪਾਂ ਮਿਲ ਪੈਂਦੇ ਆ ਇਹੀ ਗੱਲ ਇਹ ਦੱਸ ਮੇਰਾ ਵੀ ਮੈਂ ਭਾਜੀ ਉਹਨਾਂ ਨੂੰ ਸਵੇਰੇ ਆਪ ਕਾਲ ਕੀਤੀ ਸੀ ਵੀ ਕਾਲ ਆਪਾਂ ਲਾਈਵ ਹੋ ਕੇ ਮਿਲ ਲੈਂਦੇ ਆ ਲਾਈਵ ਹੋ ਕੇ ਮਾਫੀ ਮੰਗ ਲੈਂਦੇ ਆ ਜੋ ਵੀ ਗਲਤੀ ਹੋਗੀ ਆਪਾਂ ਬੈਠ ਕੇ ਗੱਲ ਕਰ ਲਵਾਂਗੇ ਸੋ ਮੈਂ ਤੁਹਾਨੂੰ ਗਲਤ ਨੀ ਮਾਣਾ ਚਾਹੁੰਦਾ ਜੋ ਵੀ ਗੱਲ ਹੋਊਗੀ ਆਪਾਂ ਕਲੀਅਰ ਕਰ ਲਵਾਂਗੇ ਉਹਦਾ ਆਪਣੇ ਕੋਲ ਵੀਡੀਓ ਆ ਰਹੀ ਇੰਸਟਾਗ੍ਰਾਮ ਵੀ ਡਾਲੋ ਇੰਸਟਾਗ੍ਰਾਮ ਚੱਲ ਯਾਰ ਤੂੰ ਇੱਧਰ ਤਾਂ ਬੋਲ ਗਿਆ ਨਾ ਗੱਲ ਤਾਂ ਉਹੀ ਆ ਤੈਨੂੰ ਜਿਹੜੀ ਗੱਲ ਰੋਕਦੇ ਸੀਗੇ ਤੂੰ ਉਹੀ ਗੱਲ ਕੀਤੀ ਆ ਓਕੇ ਜੀ ਬਾਈ ਸਾਰਿਆਂ ਨੂੰ ਧੰਨਵਾਦ ਬਾਅਦ ਚੋਂ ਫਿਰ ਮਿਲਦੇ ਹਾਂ ਬਾਕੀ ਇਧਰੋਂ ਭਾਈ ਦਾ ਜਿਹਨੇ ਦਿੱਤਾ ਸਾਨੂੰ